ਗੱਲ ਆਸਟ੍ਰੇਲੀਆ ਦੀ ਕਰਾਂਗੇ। ਬਹੁਤ ਸਾਰੇ ਸਵਾਲ ਸਟੂਡੈਂਟਸ ਦੇ ਹੁੰਦੇ ਨੇ ਕਿ ਅਸੀਂ ਆਸਟ੍ਰੇਲੀਆ 'ਤੇ ਅਪਲਾਈ ਕਰਨਾ ਚਾਹੁੰਦੇ ਹਾਂ, ਪਰ ਕੀ ਕੋਈ ਹੋਰ ਸੌਖਾ ਤਰੀਕਾ ਮਿਲ ਸਕਦਾ ਹੈ ਜਿਨ੍ਹਾਂ ਦੀ ਪ੍ਰੋਫਾਈਲ ਲੈਵਲ 1 ਨੂੰ ਮੀਟ ਨਹੀਂ ਕਰ ਪਾ ਰਹੀ ਹੁੰਦੀ, ਜਾਂ ਕੁਛ ਥੋੜ੍ਹੀ ਬਹੁਤ ਕੰਪਲੀਕੇਸ਼ਨਸ ਹੈ ਪ੍ਰੋਫਾਈਲ ਦੇ ਵਿੱਚ? ਤਾਂ ਅਸੀਂ ਅੱਜ ਤੁਹਾਨੂੰ ਇੱਕ ਬਹੁਤ ਹੀ ਵਧੀਆ ਪਾਥਵੇ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ, ਜਿਸ ਦੇ ਵਿੱਚ ਤੁਸੀਂ ਇੰਡੀਆ ਤੋਂ ਹੀ ਪੜ੍ਹਾਈ ਸ਼ੁਰੂ ਕਰਦੇ ਹੋ ਅਤੇ ਉਸ ਤੋਂ ਬਾਅਦ ਜੇਕਰ ਤੁਹਾਡਾ ਇਨਕੇਸ ਵੀਜ਼ਾ ਨਹੀਂ ਵੀ ਲੱਗ ਪਾਉਂਦਾ ਤਾਂ ਤੁਹਾਨੂੰ ਫੀਸ ਜੋ ਹੈ ਵਾਪਸ ਮਿਲ ਜਾਂਦੀ ਹੈ। ਇਹ ਪੂਰੇ ਤਰੀਕੇ ਨਾਲ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ। ਸੋ ਮੈਂ ਤਾਂ ਤੁਹਾਨੂੰ ਬਹੁਤ ਮੋਟੇ ਮੋਟੇ ਪੁਆਇੰਟ ਦੱਸੇ ਨੇ, ਪਰ ਡਿਟੇਲ ਵਿੱਚ ਇੱਕ ਇੱਕ ਪੁਆਇੰਟ ਤੁਹਾਡੇ ਨਾਲ ਸਾਂਝਾ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ, ਨਮਸਕਾਰ। ਸੋ ਮੈਂ ਜਿਵੇਂ ਕਿ ਹਮੇਸ਼ਾ ਜ਼ਿਕਰ ਕਰਦੀ ਹਾਂ ਸਟੂਡੈਂਟਸ ਨੂੰ, ਦੱਸ ਦਈਏ ਕਿ ਨੈਵੀਗੇਟਰਸ ਓਵਰਸੀਜ਼ ਔਰ ਵੀਨਾ ਗੋਇਲ ਮੈਮ, ਜਿਨ੍ਹਾਂ ਦਾ ਇੱਕ ਐਕਸਪੀਰੀਅੰਸ 28 ਸਾਲਾਂ ਦਾ ਹੈ। ਸੋ ਮੈਮ ਕੋਲ ਕਈ ਤਰ੍ਹਾਂ ਦੇ ਪ੍ਰੋਗਰਾਮਸ ਹੁੰਦੇ ਨੇ ਤਾਂ ਕਿ ਵੱਖ ਵੱਖ ਪ੍ਰੋਫਾਈਲਸ ਦੇ ਉੱਪਰ ਉਹਨਾਂ ਨੂੰ ਸਹੀ ਆਪਸ਼ਨਸ ਔਰ ਥੋੜ੍ਹਾ ਸੌਖਾ ਰਸਤਾ ਵੀ ਦੱਸਿਆ ਜਾ ਸਕੇ, ਤਾਂ ਕਿ ਸਟੂਡੈਂਟ ਆਪਣੇ ਫਿਊਚਰ ਦੇ ਲਈ ਜੋ ਪਲਾਨ ਸੋਚਦੇ ਨੇ ਕਿ ਅਸੀਂ ਕਿੱਥੇ ਤੱਕ ਪਹੁੰਚਣਾ ਹੈ, ਕਿਹੜੇ ਆਪਣੇ ਗੋਲਸ ਨੂੰ ਅਚੀਵ ਕਰਨਾ ਹੈ, ਉਹਨਾਂ ਨੂੰ ਅਚੀਵ ਕਰ ਸਕਣ। ਸੋ ਮੈਮ ਅੱਜ ਜਿਵੇਂ ਆਪਾਂ ਆਸਟ੍ਰੇਲੀਆ ਦੇ ਇਸ ਪਾਥਵੇ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਜਿਸ ਵਿੱਚ ਸਟੂਡੈਂਟ ਇੰਡੀਆ ਤੋਂ ਹੀ ਆਪਣੀ ਪੜ੍ਹਾਈ ਕਰ ਸਕਦਾ ਹੈ, ਮੈਂ ਜ਼ਰੂਰ ਚਾਹੂੰਗੀ ਇੱਕ ਇੱਕ ਪੁਆਇੰਟ ਤੁਸੀਂ ਪੂਰਾ ਕਲੀਅਰਲੀ ਸਟੂਡੈਂਟ ਨੂੰ ਜ਼ਰੂਰ ਸਮਝਾਓ ਤਾਂ ਕਿ ਇਸ ਆਪਸ਼ਨ ਬਾਰੇ ਵੀ ਅਵੇਅਰਨੈਸ ਹੋ ਸਕੇ ਔਰ ਸਟੂਡੈਂਟ ਇਸ ਪੁਆਇੰਟ ਨੂੰ ਵੀ ਫੋਲੋ ਜ਼ਰੂਰ ਕਰ ਸਕਣ। ਦੇਖੋ ਹਰਜੋਤ, ਇਹ ਤੁਸੀਂ ਬੜਾ ਅੱਛਾ ਕੁਐਸਚਨ ਪੁੱਛਿਆ ਕਿ ਜਿਹੜੇ ਸਟੂਡੈਂਟਸ ਇੰਡੀਆ ਦੇ ਵਿੱਚ ਹੈ ਆਸਟ੍ਰੇਲੀਆ ਜਾਣਾ ਚਾਹ ਰਹੇ ਆ, ਥੋੜ੍ਹਾ ਜਿਹਾ ਆਸਟ੍ਰੇਲੀਆ ਗੈਪ ਦੇ ਇਸ਼ੂ ਨਾਲ ਜੀ ਜਾਂ ਕੋਈ ਵੀ ਪ੍ਰੋਬਲਮ ਹੋਏ ਤਾਂ ਫਿਰ ਐਡਮਿਸ਼ਨ ਨਹੀਂ ਹੁੰਦਾ, ਉਹ ਸਟੂਡੈਂਟਸ ਕੀ ਕਰਨ? ਕਿਉਂਕਿ 23 ਪਾਸ ਆਊਟ ਬੱਚਾ ਜੇ ਹੁਣ ਅਪਲਾਈ ਕਰਦਾ, ਜੁਲਾਈ ਵਾਸਤੇ ਅਪਲਾਈ ਹੋਏਗਾ, ਬਾਈ ਚਾਂਸ ਉਹ ਕਿਸੇ ਵਜ੍ਹਾ ਨਾਲ ਜੁਲਾਈ ਦਾ ਵੀ ਨਹੀਂ ਮਿਸ ਹੋ ਜਾਂਦਾ ਤਾਂ ਉਹਦੇ ਕੋਲ ਕੋਈ ਆਪਸ਼ਨ ਨਹੀਂ ਆ। ਉਹਦੇ ਵਾਸਤੇ ਸਾਡੇ ਕੋਲ ਜਿਹੜਾ ਹੈ ਪਾਥਵੇ ਪ੍ਰੋਗਰਾਮ ਹੈ, ਜਾਂ ਤਾਂ ਸਟੂਡੈਂਟ ਸਿੰਗਾਪੁਰ ਚਲਾ ਜਾਏ, ਸਿੰਗਾਪੁਰ 1 ਈਅਰ ਪੜ੍ਹ ਕੇ ਸੈਕਿੰਡ ਈਅਰ ਉਹ ਆਸਟ੍ਰੇਲੀਆ ਚਲਿਆ ਜਾਏਗਾ, ਜਾਂ ਇੰਡੀਆ ਦੇ ਵਿੱਚ ਜਿਹੜੇ ਆ ਸਟੱਡੀ ਕਰ ਸਕਦਾ। ਉਹਦੇ ਫਾਇਦੇ ਮੈਂ ਤੁਹਾਨੂੰ ਦੱਸਦੀ ਹਾਂ, ਇੰਨੇ ਕੁ ਫਾਇਦੇ ਹੈ, ਦੇਰ ਆਰ ਸੋ ਮੈਨੀ ਐਡਵਾਂਟੇਜਿਸ। ਸਟੂਡੈਂਟ ਜਿਹੜਾ ਇੱਥੋਂ ਔਨਲਾਈਨ ਸਟੱਡੀ ਕਰੇਗਾ, 1 ਈਅਰ ਦਾ ਪ੍ਰੋਗਰਾਮ 6 ਮੰਥ ਵਿੱਚ ਕੰਪਲੀਟ ਕਰੇਗਾ। ਇਹ ਨਹੀਂ ਕਿ ਉਸ 'ਤੇ ਬੜਾ ਪ੍ਰੈਸ਼ਰ ਪੜ ਰਿਹਾ, ਉਸ 'ਤੇ ਕੋਈ ਪ੍ਰੈਸ਼ਰ ਨਹੀਂ ਪੈ ਰਿਹਾ। ਉਹ ਜਸਟ ਮਤਲਬ ਇੱਕ ਸਮਝ ਲਓ ਕਿ ਔਨਲਾਈਨ ਸਟੱਡੀਜ਼ ਹੈ, ਅਸਾਈਨਮੈਂਟਸ ਜਮ੍ਹਾਂ ਕਰਨੀ ਹੈ। ਇਨ ਦਾ ਮੇਨ ਟਾਈਮ ਉਹ ਆਪਣੀ ਆਇਲਟਸ ਵੀ ਕਰ ਸਕਦਾ, ਆਪਣੇ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਤਿਆਰ ਕਰ ਸਕਦਾ, ਅਤੇ ਉਹਦਾ ਜਿਹੜਾ ਗੈਪ ਕਾਊਂਟ ਨਹੀਂ ਹੋਏਗਾ। 11th March ਉਸ ਬੈਚ ਦੀ ਜਿਹੜੀ ਹੈ ਸਟਾਰਟਿੰਗ ਡੇਟ ਹੈ, ਉਹਦੇ ਬਾਅਦ ਜੇ ਮਿਸ ਹੋ ਗਿਆ ਫਿਰ ਉਹਦੇ ਕੋਲ ਸਮਾਂ ਨਹੀਂ ਹੈ, ਫਿਰ ਉਹ ਇੱਥੇ ਅਪਲਾਈ ਨਹੀਂ ਕਰ ਸਕਦਾ। ਹੁਣ ਜਿਹੜੇ ਵੀ ਸਟੂਡੈਂਟਸ ਹੈ ਜਿਹੜੇ ਕਿਸੇ ਵੀ ਵਜ੍ਹਾ ਨਾਲ 23 ਪਾਸ ਆਊਟ ਮਿਸ ਕਰ ਰਹੇ ਹੈ, ਉਹਨਾਂ ਦੇ ਵਾਸਤੇ ਇਹ ਜਿਨ੍ਹਾਂ ਨੇ ਹਜੇ ਆਇਲਸ ਨਹੀਂ ਕੀਤਾ ਜਾਂ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਸੀ, ਉਹ ਸਾਰੇ, ਕਿਉਂਕਿ ਇੱਕ ਤਾਂ ਉਹ ਤੁਹਾਡਾ ਗੈਪ ਈਅਰ ਕਾਊਂਟ ਨਹੀਂ ਹੋਏਗਾ, ਦੂਜਾ 1 ਈਅਰ ਦੀ ਜਿਹੜੀ ਸਟੱਡੀ ਉਹ 6 ਮੰਥ 'ਚ ਕੰਪਲੀਟ ਕਰ ਰਹੇ, ਉੱਥੇ ਸਿੱਧਾ 2nd ਈਅਰ 'ਚ ਜਾਓਗੇ, ਅਤੇ 6 ਮਹੀਨੇ ਦੀ ਫੀਸ ਬਚ ਗਈ ਔਰ ਤੁਹਾਡੇ ਲਿਵਿੰਗ ਐਕਸਪੈਂਸਿਸ 1 ਈਅਰ ਦੇ ਬਚ ਗਏ। ਹੁਣ ਇਨ ਦਾ ਮੇਨ ਟਾਈਮ ਤੁਸੀਂ ਆਪਣੀ ਆਇਲਸ, ਜਿਹਦੇ ਵਾਸਤੇ ਕਿ ਜੋ ਕਿ ਨੈਵੀਗੇਟਰ ਤਿਆਰ ਕਰਾਉਂਦਾ, ਤੁਹਾਨੂੰ ਕੋਈ ਚਾਰਜਿਸ ਨਹੀਂ ਲਿੱਤੇ ਜਾਂਦੇ ਆ ਤੁਹਾਡੇ ਤੋਂ, ਤੁਹਾਡੇ ਪੂਰੀ ਫਾਈਲਿੰਗ ਪ੍ਰੋਸੈਸ ਦਾ ਅਸੀਂ ਗਾਈਡ ਕਰਾਂਗੇ, GT ਡਾਕੂਮੈਂਟਸ ਦੇ ਤੁਹਾਨੂੰ ਗਾਈਡ ਕਰਾਂਗੇ, ਔਰ ਫਿਰ ਵੀ ਤੁਹਾਡੇ ਦਿਮਾਗ 'ਚ ਅਸੀਂ ਫੀਸ ਦਿੱਤੀ 6 ਮਹੀਨੇ ਦੀ ਜਾਂ ਸਾਲ ਦੀ ਜਿਹੜੀ ਵੀ ਹੈ, ਇੰਡੀਆ ਦੇ ਵਿੱਚ ਉਹ ਫੀਸ ਬਹੁਤ ਘੱਟ ਹੋ ਜਾਂਦੀ ਹੈ,
ਜਿਹੜੀ ਫੀਸ ਉੱਥੇ ਜਾ ਕੇ ਤੁਸੀਂ ਕੋਈ $30,000 ਦੇਣੀ ਹੈ, ਉਹ ਤੁਹਾਨੂੰ ਕੱਲ੍ਹ ਹੀ 6 ਲੱਖ 6.5 ਲੱਖ 'ਚ ਤੁਹਾਨੂੰ ਟੋਟਲ ਕੋਰਸ ਦੀ ਫੀਸ ਪੈਂਦੀ ਹੈ। ਔਰ ਜੇ ਤੁਹਾਡਾ ਵੀਜ਼ਾ ਨਹੀਂ ਲੱਗਦਾ, ਕਿਉਂਕਿ ਇਹਦੇ ਵਿੱਚ ਵੀਜ਼ਾ ਚਾਂਸਿਸ 100% ਹੁੰਦੇ ਆ, ਨਹੀਂ ਲੱਗਦਾ ਤਾਂ ਫੀ ਰਿਫੰਡ ਹੈ। ਜਸਟ ਤੁਹਾਡਾ ਕੋਈ GST ਵਗੈਰਾ ਥੋੜ੍ਹਾ ਬਹੁਤ ਕੱਟ ਗਏ 5-6%, ਮੈਂ ਕਿਹਾ 25-30 ਹਜ਼ਾਰ ਰੁਪਇਆ ਸਾਰਾ ਬਣਦਾ ਹੈ। ਅਤੇ ਉਹਦੇ ਬਾਅਦ ਉਹ ਟੋਟਲ ਫੀ ਰਿਫੰਡ, ਮਤਲਬ ਕਿਸੇ ਨੇ ਤੁਹਾਨੂੰ 6 ਮਹੀਨੇ ਪੜ੍ਹਾਇਆ, 6 ਮਹੀਨੇ ਸਾਰੀ ਤਿਆਰੀ ਕਰਾਈ ਹੈ, ਔਰ ਉਹਦੇ ਬਾਅਦ ਫੀ ਰਿਫੰਡ ਕਰ ਰਹੇ ਹੋ, ਦੈਟ ਮੀਨਸ ਵੀਜ਼ਾ ਆਉਣ ਦੀ 100% ਸੰਭਾਵਨਾ ਹੈ। ਤਾਂ ਹੀ ਉਹ ਫਾਈਲ ਫੜੀ ਜਾਂਦੀ, ਤਾਂ ਹੀ ਉਸ ਬੱਚੇ 'ਤੇ ਟਾਈਮ ਇਨਵੈਸਟ ਕੀਤਾ ਜਾਂਦਾ ਹੈ, ਔਰ ਤਾਂ ਹੀ ਉਸਦੇ ਉੱਪਰ ਸਾਰਾ ਜਿਹੜਾ ਆਪਣਾ ਪੂਰਾ ਟਾਈਮ ਲਾਇਆ ਜਾਂਦਾ, ਉਸ ਬੱਚੇ 'ਤੇ ਇਨਵੈਸਟ ਕੀਤਾ ਜਾਂਦਾ, ਕਿਉਂਕਿ ਇਸ ਬੱਚੇ ਦਾ ਇਹ ਕੰਮ ਹੋ ਜਾਣਾ ਹੈ, ਉਸੇ ਹਿਸਾਬ ਨਾਲ ਇਹ ਸਾਰਾ ਚੱਲਦਾ। ਬਿਲਕੁਲ, ਸੋ ਸਟੂਡੈਂਟਸ ਜ਼ਰੂਰ ਇਸ ਬਾਰੇ ਪੂਰੀ ਸਹੀ ਢੰਗ ਨਾਲ ਸਮਝ ਸਕਦੇ ਨੇ ਇਸ ਵੀਡੀਓ ਦੇ ਜ਼ਰੀਏ ਵੀ, ਪਰ ਅਗਰ ਤੁਸੀਂ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਵੀ ਕੋਈ ਸਹੀ ਗਾਈਡੈਂਸ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਤੁਸੀਂ ਨੈਵੀਗੇਟਰਸ ਓਵਰਸੀਜ਼ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ। ਦੇਖੋ, ਇੱਕ ਬਹੁਤ ਹੀ ਚੰਗੀ ਆਪਸ਼ਨ ਹੈ, ਬਹੁਤ ਹੀ ਸੇਫ ਸਾਈਡ ਦੇ ਵਿੱਚ ਤੁਸੀਂ ਚੱਲਦੇ ਹੋ, ਪੜ੍ਹਾਈ ਆਪਣੀ ਕਰਦੇ ਹੋ, ਇਨ ਕੇਸ ਵੀਜ਼ਾ ਨਹੀਂ ਲੱਗਦਾ। ਵੈਸੇ ਤਾਂ ਇਸ ਵਿੱਚ ਬਹੁਤ ਵੱਡੇ ਚਾਂਸਿਸ ਨੇ, ਪੋਜ਼ਿਟਿਵਲੀ ਅਗਰ ਅਸੀਂ ਦੇਖੀਏ ਤਾਂ ਬਹੁਤ ਬ੍ਰਾਈਟ ਚਾਂਸਿਸ ਨੇ ਕਿ ਵੀਜ਼ਾ ਲੱਗਦਾ ਹੀ ਹੈ, ਪਰ ਇਨ ਕੇਸ ਕਿਸੇ ਵਜ੍ਹਾ ਕਰਕੇ ਅਗਰ ਵੀਜ਼ਾ ਨਹੀਂ ਵੀ ਲੱਗ ਪਾਉਂਦਾ ਤਾਂ ਫੀਸ ਨੂੰ ਲੈ ਕੇ ਵੀ ਤੁਹਾਨੂੰ ਘਬਰਾਉਣ ਦੀ, ਚਿੰਤਾ ਕਰਨ ਦੀ ਇੱਥੇ ਲੋੜ ਨਹੀਂ ਪੈਂਦੀ ਹੈ। ਸੋ ਮੈਮ, ਇਸ ਪ੍ਰੋਸੈਸ ਨੂੰ ਲੈ ਕੇ ਕੋਈ ਖਾਸ ਚੀਜ਼ਾਂ ਵੀ ਨੇ ਜੋ ਤੁਸੀਂ ਜ਼ਰੂਰ ਸਟੂਡੈਂਟਸ ਨੂੰ ਗਾਈਡ ਕਰਨਾ ਚਾਹੋਗੇ ਕਿ ਜਿਹੜਾ ਇਸ ਪਾਥਵੇ ਦੇ ਨਾਲ ਅੱਗੇ ਚੱਲਣਾ ਚਾਹੀਦਾ ਅਤੇ ਕਿਹੜੀ ਗੱਲਾਂ ਦਾ ਉਹ ਧਿਆਨ ਜ਼ਰੂਰ ਨਾਲ ਰੱਖੇ? ਦੇਖੋ ਹਰਜੋਤ, ਇੱਦਾਂ ਹੈ ਕਿ ਜਦ ਸਟੂਡੈਂਟ ਇੱਥੋਂ ਆਨਲਾਈਨ ਸਟੱਡੀ ਲੈ ਰਿਹਾ ਅਸਾਈਨਮੈਂਟਸ, ਉਹੀ ਪ੍ਰੋਫੈਸਰਸ ਉਹੀ ਟੀਚਰਸ ਹੋਣਗੇ ਜਿਹੜੇ ਆਸਟ੍ਰੇਲੀਆ ਜਾ ਕੇ ਉਹਨੂੰ ਪੜ੍ਹਾਉਣਗੇ, ਅਤੇ ਉਹ ਸੇਮ ਹੀ ਕਰਿਕੁਲਮ ਇੱਥੇ ਆਨਲਾਈਨ ਕਰ ਰਿਹਾ। ਦੈਟ ਮੀਨਸ ਉਹਨੂੰ ਉੱਥੇ ਦੇ ਪੜ੍ਹਨ ਦਾ ਇੱਕ ਤਜ਼ਰਬਾ ਜਿਹੜਾ ਆਸਟ੍ਰੇਲੀਆ 'ਚ ਪੜ੍ਹਨਾ ਉਹ ਇੱਥੇ ਹੀ ਹੋ ਜਾਏਗਾ ਇੰਡੀਆ 'ਚ ਬੈਠ ਕੇ। ਇੱਕ ਤਾਂ ਉਹ ਪੇਰੈਂਟ ਸਕੂਲ ਹੈ ਫਸਟ ਈਅਰ, ਉੱਥੇ ਦੀ ਪੜ੍ਹਾਈ ਦਾ ਜਿਹੜਾ ਇੱਕ ਜਾਣਦੇ ਸਾਰ ਸਟਰਗਲ ਕਰਨਾ ਯੂਨੀਵਰਸਿਟੀ ਦੀ, ਉਹ ਇੱਥੇ ਆਨਲਾਈਨ ਕਰ ਰਿਹਾ ਔਰ ਅੱਧੇ ਤੋਂ ਵੀ ਘੱਟ ਫੀਸ 'ਚ ਕਰ ਰਿਹਾ, ਟਾਈਮ ਆਪਣਾ ਸਮਾਂ ਸੇਵ ਕਰ ਰਿਹਾ। ਅਤੇ ਇਸ ਕਰਕੇ ਜਦ ਉੱਥੇ ਜਾਏਗਾ ਤਾਂ ਪੜ੍ਹਾਈ ਤਾਂ ਉਹਨੂੰ ਪਤਾ ਹੀ ਕਿੱਦਾਂ ਹੋਣੀ ਹੈ, ਫਿਰ ਤਾਂ ਜਸਟ ਉੱਥੇ ਐਡਜਸਟ ਹੋਣ ਵਾਲੀ ਗੱਲ ਹੋ ਜਾਏਗੀ। ਖਾਲੀ ਉਸ ਟਾਈਮ ਜਿਹੜਾ ਧਿਆਨ ਰੱਖਣਾ ਕਿ ਆਪਣੇ ਆਈਲਟਸ ਦੇ ਉੱਪਰ ਪੂਰਾ ਧਿਆਨ ਦਿਓ, ਅਤੇ ਜਿਹੜੇ ਪੇਰੈਂਟਸ ਆ ਉਹਨਾਂ ਨੇ ਆਪਣੇ GT ਦੇ ਡਾਕੂਮੈਂਟਸ ਜਿਹੜੇ ਫਾਈਨੈਂਸ਼ੀਅਲ ਔਰ ਇਨਕਮ ਟੈਕਸ ਰਿਟਰਨ ਆ ਸਾਰੀ ਜਿਹੜੀ ਮੈਨੇਜ ਕਰਨੀ ਆ, ਬਣਾਉਣੀ ਆ ਉਹਨਾਂ ਨੇ, ਅਤੇ ਮਤਲਬ ਜੋ ਵੀ ਫੰਡਸ ਰਿਕੁਆਇਰਮੈਂਟ ਪੇਰੈਂਟਸ ਨੂੰ ਪਤਾ ਨਹੀਂ ਹੁੰਦਾ, ਇਸੇ ਕਰਕੇ ਜਿਹੜੇ ਕਿਉਂਕਿ 22 ਦਾ ਸਟੂਡੈਂਟ ਅਸੀਂ ਨਹੀਂ ਲਵਾਂਗੇ ਇਸ ਪਾਥਵੇ ਪ੍ਰੋਗਰਾਮ 'ਚ, ਖਾਲੀ 23 ਦਾ ਸਟੂਡੈਂਟ ਲਵਾਂਗੇ। ਔਰ ਬਹੁਤ ਸਾਰੀ ਯੂਨੀਵਰਸਿਟੀਆਂ ਜਿਹੜੀ ਇਹ ਕਰਾ ਰਹੀਆਂ, ਮੈਲਬਰਨ ਦੀ ਲਾਟਰੋਬ ਯੂਨੀਵਰਸਿਟੀ ਹੋ ਗਈ, ਪਰਥ ਦੀ ਐਡਿਥ ਕਵਨ ਯੂਨੀਵਰਸਿਟੀ ਹੋ ਗਈ, ਬ੍ਰਿਸਬੇਨ ਦੀ ਗ੍ਰਿਫਿਥ ਯੂਨੀਵਰਸਿਟੀ ਹੋ ਗਈ, ਇੱਦਾਂ ਬਹੁਤ ਸਾਰੀ ਯੂਨੀਵਰਸਿਟੀਆਂ ਹੈ ਜਿਹੜੀ ਜਿਨ੍ਹਾਂ ਦਾ ਇਹ ਪਾਥਵੇ ਪ੍ਰੋਗਰਾਮ ਹੈ, ਔਰ ਸਾਰੀ ਬਹੁਤ ਅੱਛੀ ਯੂਨੀਵਰਸਿਟੀਆਂ ਜਿਹਦੇ ਵਿੱਚ ਸਟੂਡੈਂਟ ਜਾ ਸਕਦਾ। ਤੁਸੀਂ ਇਹ ਦੇਖੋ ਕਿ ਇਸ ਪ੍ਰੋਗਰਾਮ ਦੇ ਨਾਲ ਸਟੂਡੈਂਟ ਨੂੰ ਆਪ ਕੌਨਫੀਡੈਂਸ ਬਣ ਰਿਹਾ ਕਿ ਉਹੋ ਜਿਹਾ ਪ੍ਰੋਗਰਾਮ ਜਿਹੜਾ ਕਿ ਮੈਂ ਇੱਥੇ ਪੜ੍ਹ ਰਿਹਾ, ਔਰ 1% ਮੇਰਾ ਵੀਜ਼ਾ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਗੈਪ ਕਾਊਂਟ ਨਹੀਂ ਹੋਇਆ। ਤੁਸੀਂ ਸੇਮ ਯੂਨੀਵਰਸਿਟੀ ਦਾ ਪ੍ਰੋਗਰਾਮ ਫਸਟ ਈਅਰ ਇੱਥੇ ਕੰਪਲੀਟ ਕਰਤਾ, ਅਤੇ ਵੀਜ਼ਾ ਆਫਿਸਰ ਨੂੰ ਵੀ ਪਤਾ ਸੇਮ ਯੂਨੀਵਰਸਿਟੀ ਇੱਥੇ ਪੜ੍ਹਾ ਰਹੀ ਹੈ, ਸੇਮ ਯੂਨੀਵਰਸਿਟੀ ਉੱਥੇ ਹੈ, ਅਤੇ ਬੱਚਾ ਜਿਹੜਾ ਜੈਨੂਇਨ ਇੰਟੈਂਸ਼ਨ ਹੁੰਦਾ ਜਿਹੜਾ ਪੜ੍ਹਨ ਦਾ, ਉਹ ਇਹਦੇ ਵਿੱਚ ਪਹਿਲੇ ਹੀ ਸਟੂਡੈਂਟ ਨੇ ਪ੍ਰੂਵ ਕਰਤਾ ਕਿ ਮੇਰਾ ਇੰਟੈਂਸ਼ਨ ਠੀਕ ਹੈ। ਹੁਣ ਰਿਸਕ ਕੌਣ ਲੈ ਰਿਹਾ? ਰਿਸਕ ਯੂਨੀਵਰਸਿਟੀ ਲੈ ਰਹੀ ਹੈ ਜਿਹੜਾ ਤੁਹਾਡਾ ਪੈਸਾ ਵਾਪਸ ਕਰ ਰਹੀ ਹੈ, 1% ਨਹੀਂ ਹੁੰਦਾ ਅਤੇ ਤੁਹਾਨੂੰ ਪੈਸਾ ਸਾਰਾ ਵਾਪਸ ਮਿਲ ਰਿਹਾ। ਇਸ ਤੋਂ ਵੱਡੀ ਗਾਰੰਟੀ ਤੁਹਾਨੂੰ ਕੋਈ ਵੀ ਨਹੀਂ ਦੇ ਸਕਦਾ।
ਬਿਲਕੁਲ ਬਿਲਕੁਲ ਸਹੀ ਗੱਲ ਹੈ। ਸੋ ਮੈਂ ਉਮੀਦ ਕਰਦੀ ਹਾਂ ਤੁਸੀਂ ਇਹ ਸਾਰੀ ਪਾਥਵੇ ਦੇ ਪ੍ਰੋਗਰਾਮ ਬਾਰੇ ਸਾਰੀ ਚੀਜ਼ਾਂ ਜ਼ਰੂਰ ਸਮਝ ਗਏ ਹੋ। ਜਿਵੇਂ ਕਿ ਮੈਂ ਪਹਿਲਾਂ ਕਿਹਾ, ਅਗਰ ਕੋਈ ਡਾਊਟ ਹੈ ਤਾਂ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਆ, ਇਸ ਉੱਪਰ ਕਾਲ ਕਰਕੇ ਪੂਰੀ ਜਾਣਕਾਰੀ ਤੁਸੀਂ ਜ਼ਰੂਰ ਲੈ ਸਕਦੇ ਹੋ। ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ। ਬਹੁਤ ਬਹੁਤ ਥੈਂਕਸ ਮੈਮ, ਇਹ ਪੂਰੀ ਜਾਣਕਾਰੀ ਤੁਸੀਂ ਦਿੱਤੀ ਹੈ ਪਾਥਵੇ ਪ੍ਰੋਗਰਾਮ ਨੂੰ ਲੈ ਕੇ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਨਵੀਂ ਚੰਗੀਆਂ ਆਪਸ਼ਨਸ ਭਰੀਆਂ ਜਿਹੜੀ ਵੀਡੀਓਜ਼ ਹੈ, ਇਨਫੋਰਮੇਟਿਵ ਵੀਡੀਓਜ਼ ਹੈ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ। ਥੈਂਕ ਯੂ ਸੋ ਮਚ। ਥੈਂਕ ਯੂ।